ਤੁਸੀਂ ਵੇਖ ਰਹੇ ਹੋ ਲਾਅ ਗਾਈਡ ਵਿਦ ਅਟਰਨੀ ਜਸਪ੍ਰੀਤ ਸਿੰਘ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ, ਅਤੇ ਸਿੱਧਾ ਲੈ ਕੇ ਚੱਲਦੇ ਹਾਂ ਅਟਰਨੀ ਜਸਪ੍ਰੀਤ ਸਿੰਘ ਹੋਰਾਂ ਦੇ ਕੋਲ ਕੈਲੀਫੋਰਨੀਆ, ਅਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਕੁਝ ਚੱਲ ਰਹੀਆਂ ਹਨ ਸਰਗਰਮੀਆਂ ਵੈਨ ਇਟ ਕਮਸ ਟੂ ਇਮੀਗ੍ਰੇਸ਼ਨ। ਪਰ ਉਸ ਤੋਂ ਪਹਿਲਾਂ ਰਾਸ਼ਟਰਪਤੀ ਚੋਣਾਂ ਦਾ ਅੱਜ ਅਖੀਰਲਾ ਦਿਨ ਹੈ ਔਰ 1.5 ਘੰਟੇ ਰਹਿ ਗਏ। ਜੇਕਰ ਤੁਸੀਂ ਆਪਣੀ ਵੋਟ ਹਜੇ ਤੱਕ ਨਹੀਂ ਭੁਗਤਾਈ ਤਾਂ ਆਪਣੀ ਵੋਟ ਜ਼ਰੂਰ ਭੁਗਤਾ ਕੇ ਆਓ। ਡੋਨਲਡ ਟਰੰਪ ਅਤੇ ਜੋ ਬਾਈਡਨ ਦੇ ਵਿੱਚ ਚੱਲ ਰਹੀ ਇਸ ਟੱਕਰ ਦੇ ਵਿੱਚ 9 ਵਜੇ ਤੋਂ ਬਾਅਦ ਨਤੀਜੇ ਆਉਣੇ ਸ਼ੁਰੂ ਹੋਣਗੇ। ਪਰ ਜਦ ਗੱਲ ਇਮੀਗ੍ਰੇਸ਼ਨ ਦੀ ਆਉਂਦੀ ਹੈ ਤਾਂ ਅਟਰਨੀ ਜਸਪ੍ਰੀਤ ਸਿੰਘ ਕਿਹਨਾਂ ਦੀ ਹਿਮਾਇਤ ਕਰਦੇ ਹਨ ਉਹ ਵੀ ਜਾਣਾਂਗੇ। ਇਹ ਵੀ ਜਾਣਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਟਰੰਪ ਜਿੱਤ ਕੇ ਆਉਂਦੇ ਹਨ ਤਾਂ ਇਮੀਗ੍ਰੇਸ਼ਨ ਪਾਲਿਸੀਜ਼ ਕੀ ਹੋ ਸਕਦੀਆਂ ਹਨ, ਜੇਕਰ ਬਾਈਡਨ ਜਿੱਤ ਕੇ ਆਉਂਦੇ ਹਨ ਤਾਂ ਇਮੀਗ੍ਰੇਸ਼ਨ ਪਾਲਿਸੀਜ਼ ਕੀ ਹੋ ਸਕਦੀਆਂ ਹਨ। ਸਿੱਧਾ ਲੈ ਕੇ ਚੱਲਦੇ ਹਾਂ ਅਟਰਨੀ ਜਸਪ੍ਰੀਤ ਸਿੰਘ ਹੋਰਾਂ ਦੇ ਕੋਲ। ਵਕੀਲ ਸਾਹਿਬ, ਤੁਹਾਡਾ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਵਕੀਲ ਸਾਹਿਬ, ਆਪਣੀ ਤੁਸੀਂ ਸਿਵਿਕ ਰਿਸਪੋਂਸੀਬਿਲਿਟੀ ਜ਼ਰੂਰ ਨਿਭਾਤੀ ਹੋਣੀ ਹੈ, ਤੁਸੀਂ ਵੀ ਵੋਟ ਦਾ ਭੁਗਤਾਨ ਕਰਕੇ ਆ ਗਏ ਹੋਣੇ ਹੋ, ਅਤੇ ਕੀ ਕੁਝ ਅਪਡੇਟਸ ਨੇ? ਦੇਖੋ, ਇਹ ਇਲੈਕਸ਼ਨ ਜਿਹੜੀ ਆ ਇਹ ਬੜੀ ਇੰਪੋਰਟੈਂਟ ਆ। ਵੈਸੇ ਤਾਂ ਹਰੇਕ ਇਲੈਕਸ਼ਨ 'ਚ ਹੀ ਵੋਟ ਪਾਉਣੀ ਚਾਹੀਦੀ ਆ, ਅਤੇ ਕਿਉਂਕਿ ਜਿਹੜੀ ਡੈਮੋਕ੍ਰੇਸੀ ਆ ਉਹਦੇ 'ਚ ਜਿਹੜੀ ਪਾਰਟੀਸਪੇਸ਼ਨ ਉਹਦੇ 'ਚ ਵੋਟ ਦੀ ਬੜੀ ਅਹਿਮੀਅਤ ਆ, ਅਤੇ ਇਹ ਇਲੈਕਸ਼ਨ ਦੇ ਵਿੱਚ ਤਾਂ ਖਾਸ ਤੌਰ 'ਤੇ ਕਿਉਂਕਿ ਬੜੇ ਸੀਰੀਅਸ ਇਸ਼ੂਜ਼ ਨੇ ਕਿ ਅਮੈਰੀਕਾ ਨੇ ਕਿਸ ਡਾਇਰੈਕਸ਼ਨ 'ਚ ਜਾਣਾ, ਖਾਸ ਕਰਕੇ ਜਿੱਥੇ ਇਮੀਗ੍ਰੇਸ਼ਨ ਦਾ ਸੰਬੰਧ ਆ, ਕਿਉਂਕਿ ਜਿਹੜੀਆਂ ਟਰੰਪ ਐਡਮਿਨਿਸਟ੍ਰੇਸ਼ਨ ਦੀਆਂ ਪੋਲਿਸੀਜ਼ ਨੇ ਇਮੀਗ੍ਰੇਸ਼ਨ ਬਾਰੇ ਉਹ ਬਹੁਤ ਜ਼ਿਆਦਾ ਰਿਸਟ੍ਰਿਕਟਿਵ ਨੇ। ਅੱਜ ਹੀ ਗੱਲ ਕਰ ਲਈਏ, ਅੱਜ ਇੱਕ ਜਿਹੜਾ ਹੈਗਾ ਇਹਨਾਂ ਨੇ ਬਣਾਇਆ ਸੀ ਪਬਲਿਕ ਚਾਰਜ ਦਾ ਰੂਲ, ਕਿ ਜਿਹੜੇ ਬੰਦੇ ਗ੍ਰੀਨ ਕਾਰਡ ਤੇ ਹੋਲਡਰ ਜਾਂ ਸਿਟੀਜ਼ਨ ਆਪਣੇ ਰਿਲੇਟਿਵਸ ਨੂੰ ਅਪਲਾਈ ਕਰਦੇ ਨੇ, ਅਤੇ ਉਹਨਾਂ ਨੂੰ ਇਹ ਮੇਕ ਸ਼ੋਰ ਕਰਨਾ ਚਾਹੀਦਾ ਵੀ ਜਿਹੜਾ ਬੰਦਾ ਉਹਦਾ ਰਿਲੇਟਿਵ ਬਾਹਰੋਂ ਆ ਰਿਹਾ, ਜਿਵੇਂ ਕਿਸੇ ਨੇ ਆਪਣੇ ਭਰਾ ਭੈਣ ਦਾ ਕੀਤਾ ਸਿਟੀਜ਼ਨ ਨੇ, ਜਾਂ ਮਾਂ ਬਾਪ ਦਾ ਕੀਤਾ, ਜਾਂ ਹਸਬੈਂਡ ਵਾਈਫ ਦਾ ਕੀਤਾ, ਜਾਂ ਗ੍ਰੀਨ ਕਾਰਡ ਹੋਲਡਰ ਨੇ ਹਸਬੈਂਡ ਵਾਈਫ ਦਾ ਕੀਤਾ, ਵੀ ਉਹ ਪਬਲਿਕ ਚਾਰਜ ਨਾ ਬਣੇ, ਜਿਹੜੇ ਮਤਲਬ ਗੌਰਮੈਂਟ ਦੇ ਜਿਹੜੀਆਂ ਵੈਲਫੇਅਰ ਸਕੀਮਾਂ ਨੇ ਉਹਦਾ ਫਾਇਦਾ ਨਾ ਲਵੇ। ਇਸ ਕਾਨੂੰਨ ਨੂੰ ਲਾਸਟ ਈਅਰ ਜਿਹੜੀ US ਸੁਪਰੀਮ ਕੋਰਟ ਆ ਉਹਨੇ ਵੀ ਅਪਹੋਲਡ ਕੀਤਾ ਵੀ ਠੀਕ ਆ। ਕੱਲ੍ਹ ਬੜੀ ਇੰਪੋਰਟੈਂਟ ਇੱਕ ਜਿਹੜੀ ਹੈਗੀ ਡਿਵੈਲਪਮੈਂਟ ਹੋਈ ਆ, ਡਿਸੀਜਨ ਆਇਆ ਕਿ ਸ਼ਿਕਾਗੋ ਦੇ ਵਿੱਚ ਇੱਕ ਡਿਸਟ੍ਰਿਕਟ ਕੋਰਟ ਜਿਹੜੀ ਆ ਉਹਦੇ ਵਿੱਚ, ਜਿਹੜੀ ਉੱਥੇ ਕੁੱਕ ਕਾਉਂਟੀ ਆ, ਉਹਨੇ ਕੇਸ ਕੀਤਾ ਸੀ ਇਹਦੇ ਖਿਲਾਫ, ਜਿਹੜਾ ਪਬਲਿਕ ਚਾਰਜ ਦਾ ਰੂਲ ਹੈ ਇਹ ਬਹੁਤ ਜ਼ਿਆਦਾ ਹਾਰਸ਼ ਆ, ਅਤੇ ਇਹ ਜਿਵੇਂ ਹੁਣ ਕੋਵਿਡ ਦਾ ਅੱਜ ਕੱਲ੍ਹ ਜ਼ਮਾਨਾ, ਇਹਦੇ ਵਿੱਚ ਜਿਹੜੇ ਕਾਫੀ ਬੰਦਿਆਂ ਨੂੰ ਅਨਇੰਪਲੋਇਮੈਂਟ ਲੈਣੀ ਪਈ ਹੈ, ਜਾਂ ਕਾਫੀ ਬੰਦਿਆਂ ਨੂੰ ਹੋ ਸਕਦਾ ਮੈਡੀਕਲ ਜਿਹੜਾ ਹੈਗਾ ਗਵਰਨਮੈਂਟ ਤੋਂ ਲੈਣਾ ਪਵੇ, ਅਤੇ ਉਹ ਨਹੀਂ ਹੋਣਾ ਚਾਹੀਦਾ ਇੰਪਲੀਮੈਂਟ। ਅਤੇ ਉਹ ਜਿਹੜਾ ਮਤਲਬ ਉੱਥੇ ਜੱਜ ਸਾਹਿਬ ਨੇ ਉਹਨਾਂ ਨੇ ਪਬਲਿਕ ਚਾਰਜ ਦਾ ਰੂਲ ਹੈ ਇਹਦੇ ਅਗੇਂਸਟ ਫੈਸਲਾ ਕੀਤਾ, ਟਰੰਪ ਐਡਮਿਨਿਸਟ੍ਰੇਸ਼ਨ ਦੇ ਅਗੇਂਸਟ ਫੈਸਲਾ ਕੀਤਾ, ਅਤੇ ਜਿਹੜੀ ਕੁੱਕ ਕਾਉਂਟੀ ਆ ਉਹਦੇ ਹੱਕ 'ਚ ਕੀਤਾ ਫੈਸਲਾ, ਅਤੇ ਉਹਨਾਂ ਨੇ ਇਹਦੀ ਸਟੇਅ ਕਰ ਦਿੱਤੀ ਆ। ਉਹਨਾਂ ਨੇ ਕਿਹਾ ਵੀ ਕੰਟਰੀ ਵਾਈਡ ਇਹ ਰੂਲ, ਕਿਉਂਕਿ ਇਹ ਰੂਲ ਜਿਹੜਾ ਹੈਗਾ ਇਹ 14 ਤਰੀਕ ਤੋਂ ਮਤਲਬ ਇਫੈਕਟ ਦੇ ਵਿੱਚ ਜਾਣਾ ਸੀਗਾ, ਅਤੇ ਉਹਨੇ ਰੋਕ ਦਿੱਤਾ ਉਹਨਾਂ ਨੇ। ਅਤੇ ਉਹ ਹੁਣ ਇਹ ਆ ਕਿ ਜਿਹੜੀ ਇਹਦਾ ਮਤਲਬ ਫਾਇਦਾ ਇਹ ਹੋਏਗਾ ਕਿ ਜਿਹੜੇ ਬੰਦਿਆਂ ਦੀ ਜਿਹੜੀ ਇਨਕਮ ਥੋੜ੍ਹੀ ਜਿਹੀ ਘੱਟ ਹੈ, ਜੇ ਕਿਸੇ ਨੇ ਸਪੋਂਸਰ ਕੀਤਾ, ਕਿਸੇ ਨੇ ਅਨਇੰਪਲੋਇਮੈਂਟ ਲਈ ਆ, ਜਾਂ ਕਿਸੇ ਨੇ ਕੋਈ ਹੋਰ ਬੈਨੀਫਿਟ ਲਿਆ, ਉਹਦੇ ਕਰਕੇ ਉਹ ਬਾਰ ਨਹੀਂ ਲੱਗੇਗਾ। ਠੀਕ ਹੈ। ਤੇ ਇਹਦੇ ਨਾਲ ਨਾਲ ਇੱਕ ਹੋਰ ਗੱਲ ਦੱਸਦਾ ਵੀ ਜਿਹੜੇ H1 ਦੀਆਂ ਇਹਨਾਂ ਨੇ ਰਿਸਟ੍ਰਿਕਸ਼ਨਸ ਲਾਈਆਂ ਨੇ, ਖਾਸ ਕਰਕੇ ਦੋ, ਇੱਕ ਤਾਂ ਇਹਨਾਂ ਨੇ ਕੀ ਕੀਤਾ ਵੀ ਜਿਹੜੀ ਸਪੈਸ਼ਲਿਟੀ ਆਕੂਪੇਸ਼ਨ ਆ ਉਹਦੀ ਜਿਹੜੀ ਹੈਗੀ ਡੈਫੀਨੇਸ਼ਨ ਉਹ ਚੇਂਜ ਕਰਕੇ ਕਾਫੀ ਰਿਸਟ੍ਰਿਕਟ ਕਰਤੀ ਆ, ਤੇ ਇੱਕ ਜਿਹੜਾ ਜਦੋਂ ਵੀ ਕੋਈ ਇੰਪਲੋਇਰ H1 ਅਪਲਾਈ ਕਰਦਾ ਉਹਨੂੰ ਲੇਬਰ ਡਿਪਾਰਟਮੈਂਟ ਤੋਂ ਜਿਹੜੀ ਵੇਜ ਹੈਗੀ ਆ ਕਿ ਪ੍ਰਵੇਲਿੰਗ ਵੇਜ ਕੀ ਆ ਉਹ ਲੈਣੀ ਪੈਂਦੀ ਆ, ਤੇ ਫਿਰ ਉਹ ਸਰਟੀਫਾਈ ਕਰਨਾ ਪੈਂਦਾ ਵੀ ਇੰਨੀ ਵੇਜ ਮੈਂ ਦੇਣ ਨੂੰ ਤਿਆਰ ਆ ਇੰਪਲੋਈ ਨੂੰ। ਉਹ ਇਹਨਾਂ ਨੇ ਕੀ ਕੀਤਾ ਵੀ ਇਹ ਕਰਤਾ ਵੀ ਜੇ ਤੁਸੀਂ ਸੇਮ ਪੋਜੀਸ਼ਨ ਤੇ ਬੰਦੇ ਨੂੰ ਅਮਰੀਕਾ 'ਚ ਹਾਇਰ ਕਰੋ ਤਾਂ ਉਹਦੀ ਜਿੰਨੀ ਵੇਜ ਹੋਏਗੀ ਉਹਦੇ ਨਾਲੋਂ ਜੇ ਬਾਹਰੋਂ ਬੁਲਾਉਂਗੇ H1 ਤੇ ਤਾਂ ਵੇਜ ਆਲਮੋਸਟ ਡਬਲ ਹੋਏਗੀ। ਜਿਵੇਂ ਫੋਰ ਇਗਜ਼ਾਮਪਲ ਜੇ ਕਿਸੇ ਨੇ ਮੈਨੇਜਰ ਹਾਇਰ ਕਰਨਾ ਉਹਦੀ ਜੇ ਵੇਜ 80,000 ਆ ਇੱਥੇ ਲੇਬਰ ਡਿਪਾਰਟਮੈਂਟ ਦੇ ਮੁਤਾਬਕ, ਤਾਂ ਜੇ ਉਹ ਉਹੀ ਬੰਦੇ ਨੂੰ ਤੁਸੀਂ ਇੰਡੀਆ ਤੋਂ ਮੰਗਾਉਣਾ ਤਾਂ ਤੁਹਾਨੂੰ 1.5 ਲੱਖ ਦੇਣਾ ਪਏਗਾ। ਉਹਦੇ ਕਰਕੇ ਕੀ ਸੀਗਾ ਵੀ ਇਹਨਾਂ ਨੇ ਤਾਂ ਇਸ ਕਰਕੇ ਉਹਦਾ ਜਿਹੜਾ ਰੈਸ਼ਨਲ ਇਹ ਦਿੱਤਾ ਕਿ ਜੀ ਅਮਰੀਕਾ ਤੋਂ ਬੰਦੇ ਹਾਇਰ ਕਰਨਗੇ, ਪਰ ਜਿਹੜੀ ਇੰਡਸਟਰੀ ਆ ਉਹ ਇੱਦਾਂ ਨਹੀਂ ਚੱਲਦੀ। ਉਹ ਇਹ ਨਹੀਂ ਦੇਖਦੀ ਕਿ ਜੇ ਵੀ ਸਾਨੂੰ ਮਤਲਬ ਘੱਟ ਪੈਸੇ 'ਚ ਬੰਦਾ ਅਮਰੀਕਾ 'ਚ ਮਿਲਦਾ ਹਾਇਰ ਕਰਨ ਨੂੰ, ਬਾਹਰੋਂ ਨਾ ਮੰਗਾਓ, ਉਹਨਾਂ ਨੇ ਤਾਂ ਕੰਪੀਟ ਕਰਨਾ ਹੋਰਾਂ ਮੁਲਕਾਂ ਨਾਲ। ਹੁਣ ਜਿਹੜੇ ਇੱਥੋਂ ਦੇ ਜਿਹੜੇ ਕੰਪਨੀਆਂ ਨੇ ਇਹਨਾਂ ਨੇ ਯੂਰੋਪੀਅਨ ਕੰਪਨੀਆਂ ਦੇ ਨਾਲ ਕੰਪੀਟ ਕਰਨਾ, ਜੈਪਨੀਜ਼ ਨਾਲ ਕੰਪੀਟ ਕਰਨਾ, ਉਹ ਤੋਂ ਬਾਅਦ ਚਾਈਨਾ ਨਾਲ ਕੰਪੀਟ ਕਰਨਾ ਅਤੇ ਹੋਰ ਮੁਲਕਾਂ ਨਾਲ, ਅਤੇ ਇਸ ਕਰਕੇ ਉਹਨਾਂ ਦਾ ਇਹ ਥੋੜ੍ਹੀ ਆ ਵੀ ਜਿਹੋ ਜਿਹਾ ਬੰਦਾ ਜਿਹੜਾ ਮਿਲਦਾ ਸਾਰ ਲਓ। ਸੋ ਇਹਨਾਂ ਦਾ ਕੋਈ ਇਸ ਕਰਕੇ ਉਹ ਕੀ ਕਰਨਗੇ, ਉਹ ਕਹਿੰਦੇ ਵੀ ਸਾਨੂੰ ਤਾਂ ਜਿਹੜਾ ਬੰਦਾ ਚਾਹੀਦਾ ਚਾਹੀਦਾ, ਅਤੇ ਚਾਹੇ ਜੋ ਜੋਬ ਇੱਕ ਬੰਦਾ ਮਤਲਬ ਕਰ ਸਕਦਾ ਇਹ ਨਹੀਂ ਦੇਖਦੇ ਵੀ ਉਹ ਬੰਦਾ ਬਾਹਰ ਦਾ ਕਿ ਅੰਦਰ ਦਾ, ਆਪਣਾ ਕੰਮ ਦੇਖਦੇ ਵੀ ਸਾਨੂੰ ਜ਼ਿਆਦਾ ਕਿਹੜੀ ਚੀਜ਼ ਫਾਇਦਾ।
ਤੇ ਹੋਣਾ ਵੀ ਇਦਾਂ ਚਾਹੀਦਾ ਕਿਉਂਕਿ ਜਿਹੜਾ ਮਤਲਬ ਬਿਜ਼ਨਸ ਵਰਲਡ ਹੈਗਾ ਤੁਹਾਨੂੰ ਪਤਾ ਹੀ ਹਰਕੀਰਤ ਜੀ ਉਹ ਕਿੰਨਾ ਕੰਪੀਟੀਸ਼ਨ ਆ। ਹੁਣ ਇਸ ਫੈਸਲੇ ਦੇ ਵਿਰੁੱਧ ਮਤਲਬ ਪਿਛਲੇ ਦਿਨਾਂ ਦੇ ਵਿੱਚ 3 ਕੇਸ ਹੋਏ। ਇੱਕ ਕੇਸ ਤਾਂ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਐਪਲ ਗੂਗਲ ਉਹਨਾਂ ਨੇ ਕੀਤਾ, ਇੱਕ ਜਿਹੜਾ ਹਾਰਵਰਡ ਨੇ ਤੇ ਮਤਲਬ ਕੁਝ ਯੂਨੀਵਰਸਿਟੀਜ਼ ਨੇ ਕੀਤਾ, ਤੇ ਇੱਕ ਹੋਰ ਜਿਹੜੇ ਤੀਜਾ ਹੈਗਾ ਉਹ ਜਿਹੜੇ ਹੈਗੇ ਹੋਰ ਬਿਜ਼ਨਸਿਸ ਨੇ ਕੀਤਾ। ਉਹਨਾਂ ਨੇ ਇਹਨੂੰ ਚੈਲੰਜ ਕੀਤਾ ਰੂਲ ਨੂੰ, ਇਹ ਕਿਹਾ ਵੀ ਇਹ ਰੂਲ ਬਿਲਕੁਲ ਗਲਤ ਆ, ਇਹਦਾ ਸਾਨੂੰ ਨੁਕਸਾਨ ਹੋਏਗਾ। ਤੇ ਉਹਦਾ ਹੁਣ ਦੇਖਣ ਵਾਲੀ ਗੱਲ ਹੈ ਵੀ ਉਹ 'ਚ ਕੀ ਹੁੰਦਾ, ਤੇ ਹੋ ਸਕਦਾ ਉਹਦੇ ਵਿੱਚ ਵੀ ਜਿਵੇਂ ਬਾਕੀ ਇਹਨਾਂ ਦੇ ਮਤਲਬ ਸਾਰੇ ਡਿਸੀਜਨ ਤੇ ਸਟੇ ਮਿਲੇ ਨੇ, ਜਿਵੇਂ ਫੀਸਾਂ ਵਧਾਈਆਂ ਇਹਨਾਂ ਨੇ 2 ਅਕਤੂਬਰ ਤੋਂ, ਉਹ ਸਟੇ ਕਰਤੀ ਕੋਰਟ ਨੇ, ਉਹ ਨਹੀਂ ਵੱਧ ਸਕੀਆਂ ਇਮੀਗ੍ਰੇਸ਼ਨ ਦੀਆਂ, ਇੱਦਾਂ ਹੀ ਮੈਨੂੰ ਲੱਗਦਾ ਵੀ ਇਹ 'ਚ ਵੀ ਸਟੇ ਮਿਲਣ ਦੀ ਆਸ ਆ। ਇਹਦੇ ਨਾਲ ਨਾਲ ਕੈਚਵਾਨ ਸ਼ਰਕੀਰਤ ਜੀ ਇਹ ਹੋਰ ਕਰ ਰਹੇ ਆ ਜਿਹੜਾ ਇਹਨਾਂ ਨੇ ਅਜੇ ਇੰਪਲੀਮੈਂਟ ਨਹੀਂ ਕੀਤਾ, ਪਰ ਇਹਨਾਂ ਨੇ ਮਨ ਬਣਾਇਆ ਹੋਇਆ ਕਰਨ ਦਾ, ਉਹ ਇਹ ਆ ਕਿ ਇਹ ਜਿਹੜਾ ਲੋਟਰੀ ਸਿਸਟਮ ਹੈ H1 ਦਾ, ਜਿਹੜਾ ਇੱਕ ਸਿਸਟਮ ਹੈ ਵੀ ਕਿੱਦਾਂ H1 ਕਿਸੇ ਨੂੰ ਮਿਲੇ, ਉਹ ਸਾਰਾ ਸਿਸਟਮ ਹੀ ਬੰਦ ਕਰ ਰਹੇ ਆ। ਤੇ ਉਹ ਇਹ ਕੀ ਕਰ ਰਹੇ ਆ, ਇਹ ਕਹਿ ਰਹੇ ਆ ਵੀ ਸਿਰਫ ਜਿਹੜੀ ਵੇਜ ਆ ਜਿਹੜੇ ਹਾਈਲੀ ਮਤਲਬ ਇੰਪਲੋਈਜ਼ ਨੇ ਸੈਲਰੀ ਜਿਹੜੇ ਜੀ ਤਨਖਾਹ 1.5 ਲੱਖ 2 ਲੱਖ ਜਾਂ $2.5 ਲੱਖ ਤੋਂ ਵੱਧ ਆ, ਉਹਨਾਂ ਬੰਦਿਆਂ ਨੂੰ H1 ਮਿਲਣਾ ਚਾਹੀਦਾ। ਸੋ ਉਹਦੇ ਵਿੱਚ ਬਹੁਤ ਘੱਟ ਜਿਹੜੇ ਮਤਲਬ ਬੰਦੇ ਆਉਣਗੇ, ਤੇ ਉਹਦਾ ਮਤਲਬ ਇਹ ਆ ਵੀ ਜਿਹੜੇ ਜਿਹਦੀ ਤਨਖਾਹ ਉਸ ਤੋਂ ਘੱਟ ਹੈ, ਜਿਹਦੀ ਤਨਖਾਹ ਹੁਣ $1 ਲੱਖ ਤੋਂ ਫਰਜ਼ ਕਰੋ ਮਤਲਬ ਘੱਟ ਹੈਗੀ ਹੈ, ਜਾਂ 50,000 ਹੁਣ ਅੱਗੇ 40-50,000 ਤੇ ਵੀ H1 ਹੋ ਜਾਂਦਾ, 60,000 ਤੇ ਵੀ ਉਹਨਾਂ ਨੂੰ H1 ਨਹੀਂ ਮਿਲਣਾ ਚਾਹੀਦਾ। ਜਿਹੜਾ H1 ਆ ਇਹ ਉਹਨਾਂ ਬੰਦਿਆਂ ਨੂੰ ਮਿਲੇ ਜਿਨ੍ਹਾਂ ਦੀ ਜਿਹੜੀ ਤਨਖਾਹ ਆ ਉਹ 2-2.5 ਲੱਖ ਜਾਂ ਮਤਲਬ ਐਟਲੀਸਟ 1.5 ਲੱਖ ਤੋਂ ਉੱਪਰ ਆ। ਉਹ ਅਜੇ ਇਹਨਾਂ ਨੇ ਕੀਤਾ ਨਹੀਂ ਫੈਸਲਾ, ਪਰ ਉਹ ਕਰਨ ਜਾ ਰਹੇ ਨੇ। ਤੇ ਇਹਨਾਂ ਗੱਲਾਂ ਕਰਕੇ ਜਿਵੇਂ ਹੁਣ ਬਾਕੀ ਬੈਨ ਲਾਇਆ ਹੋਇਆ ਦਸੰਬਰ ਦਾ, ਤੁਹਾਨੂੰ ਪਤਾ ਹੀ ਆ ਵੀ ਜਿੰਨੀਆਂ ਇਮੀਗ੍ਰੇਸ਼ਨ ਦੀਆਂ ਕੈਟਾਗਰੀਜ਼ ਨੇ ਸਾਰੀਆਂ ਬੰਦ ਨੇ, ਅਸੈਲਮ ਵਾਲਿਆਂ ਦਾ ਰੂਲ ਕਰਤਾ ਵੀ ਵਰਕ ਪਰਮਿਟ ਸਾਲ ਬਾਅਦ ਮਿਲੂਗਾ 6 ਮਹੀਨੇ ਦੀ ਜੇ, ਸੋ ਇੱਦਾਂ ਦੀਆਂ ਗੱਲਾਂ ਕਰਕੇ ਜਿਹੜੀ ਇਮੀਗ੍ਰੇਸ਼ਨ ਦੇ ਫੇਵਰ ਦੇ ਵਿੱਚ ਮਤਲਬ ਗਰੁੱਪਸ ਨੇ ਜਾਂ ਇਮੀਗ੍ਰੇਸ਼ਨ ਦੇ ਵਕੀਲ ਨੇ ਜਿਵੇਂ ਅਸੀਂ ਆ, ਜਾਂ ਜਿਹੜੇ ਮਤਲਬ ਗਰੁੱਪਸ ਇਮੀਗ੍ਰੇਸ਼ਨ ਨੂੰ ਫਾਈਟ ਕਰ ਰਹੇ ਨੇ, ਜਾਂ ਜਿਹੜੇ ਲੋਕਾਂ ਨੇ ਆਪਣੇ ਮਤਲਬ ਭਰਾ ਭੈਣਾਂ ਦੀਆਂ ਜਾਂ ਮਾਂ ਬਾਪ ਦੀਆਂ ਪਟੀਸ਼ਨਾਂ ਕੀਤੀਆਂ ਨੇ ਜੀ, ਉਹਨਾਂ ਸਾਰੇ ਬੜੇ ਵਰਡ ਨੇ ਕਿ ਜਿਹੜੀ ਇਹ ਐਡਮਿਨਿਸਟ੍ਰੇਸ਼ਨ ਹੈ ਜਿਹੜੀ ਇਹਦੇ ਪੋਲਿਸੀਜ਼ ਨੇ ਉਹ ਕਿਉਂਕਿ ਇਮੀਗ੍ਰੇਸ਼ਨ ਦੇ ਖਿਲਾਫ ਨੇ, ਤੇ ਜੇ ਇਹ ਐਡਮਿਨਿਸਟ੍ਰੇਸ਼ਨ ਦੁਬਾਰਾ ਰਿਪੀਟ ਕਰਦੀ ਹੈ, ਦੁਬਾਰਾ ਆਉਂਦੇ ਆ ਟਰੰਪ ਸਾਹਿਬ, ਤਾਂ ਉਦੋਂ ਪੋਲਿਸੀਜ਼ ਕੀ ਹੋਣਗੀਆਂ। ਸੋ ਜੇ ਇਹੀ ਪੋਲਿਸੀਜ਼ ਰਹਿਣਗੀਆਂ ਤਾਂ ਇਹਦੇ ਨਾਲ ਇਮੀਗ੍ਰੇਸ਼ਨ ਦਾ ਕਾਫੀ ਨੁਕਸਾਨ ਹੋ ਸਕਦਾ। ਪਰ ਵਕੀਲ ਸਾਹਿਬ, ਉੱਥੇ ਜਦ ਅਸੀਂ ਟਰੰਪ ਐਡਮਿਨਿਸਟ੍ਰੇਸ਼ਨ ਦੀ ਗੱਲ ਕਰਦੇ ਹਾਂ ਅਤੇ ਉਹਨਾਂ ਦੇ ਰੀਪ੍ਰੈਜੈਂਟੇਟਿਵਸ ਜਾਂ ਫਿਰ ਉਹਨਾਂ ਦੇ ਚੁਣੇ ਹੋਏ ਜਿਹੜੇ ਨੁਮਾਇੰਦੇ ਹਨ, ਉਹ ਕਹਿੰਦੇ ਹਨ ਕਿ ਅਜਿਹਾ ਜੇਕਰ ਅਸੀਂ ਕੁਝ ਕਰਨਾ ਹੁੰਦਾ ਤਾਂ ਅਸੀਂ 4 ਸਾਲਾਂ ਦੇ ਵਿੱਚ ਕਰ ਲੈਂਦੇ। ਸੋ ਉਹ ਇਹ ਵੀ ਕਹਿੰਦੇ ਨਜ਼ਰ ਆਉਂਦੇ ਕਿ ਅਸੀਂ ਕੋਈ ਇਮੀਗ੍ਰੇਸ਼ਨ ਦੇ ਖਿਲਾਫ ਨਹੀਂ, ਅਸੀਂ ਇਲੀਗਲ ਐਂਟਰੀ ਦੇ ਉੱਤੇ ਬੈਨ ਲਾਉਣਾ ਚਾਹੁੰਦੇ ਹਾਂ। ਹਰਕੀਰਤ ਜੀ, ਇਹੋ ਜਿਹੀ ਕਿਹੜੀ ਗੱਲ ਆ ਜਿਹੜੀ ਇਹ ਕਰ ਸਕਦੇ ਸੀ ਤੇ ਇਹਨਾਂ ਨੇ ਨਹੀਂ ਕੀਤੀ? ਇਲੀਗਲ ਐਂਟਰੀ ਜਿਹੜੀ ਆ ਉਹਦੇ 'ਤੇ ਤਾਂ ਕੋਈ ਵੀ ਹੱਕ 'ਚ ਨਹੀਂ ਹੈਗਾ। ਅਸੀਂ ਆਪ ਕਹਿੰਦੇ ਆ ਵੀ ਕਿਸੇ ਬੰਦੇ ਨੂੰ ਇਲੀਗਲ ਨਹੀਂ ਆਉਣਾ ਚਾਹੀਦਾ, ਕਿਉਂਕਿ ਬੜਾ ਜ਼ੋਖਮ ਹੈ। ਜਿਹੜੇ ਬੰਦੇ ਉੱਥੋਂ ਏਜੰਟਾਂ ਰਾਹੀਂ ਆਉਂਦੇ ਆ, ਉਹ ਆਪਣੀ ਜਾਨ ਜ਼ੋਖਮ 'ਚ ਪਾ ਕੇ ਆਉਂਦੇ ਆ, ਵਿਚਾਰੇ ਉੱਥੇ ਆਪਣੀ ਜ਼ਮੀਨਾਂ ਵੇਚ ਕੇ ਜਾਂ ਗਹਿਣੇ ਰੱਖ ਕੇ ਆਉਂਦੇ ਆ, ਅਤੇ ਉਹਨਾਂ ਦਾ ਬੜਾ ਨੁਕਸਾਨ ਹੁੰਦਾ, ਅਤੇ ਕਈ ਵਿਚਾਰੇ ਰਾਹ 'ਚ ਹੀ ਜਿਹੜੇ ਹੈਗੇ ਆ ਉਹ ਮਾਰੇ ਜਾਂਦੇ ਆ। ਆਪਾਂ ਇਲੀਗਲ ਇਮੀਗ੍ਰੇਸ਼ਨ ਦੀ ਗੱਲ ਨਹੀਂ ਕਰ ਰਹੇ, ਜਿੰਨੀਆਂ ਮੈਂ ਤੁਹਾਨੂੰ ਕੈਟਾਗਰੀਜ਼ ਗਿਣਾਈਆਂ ਨੇ ਉਹ ਸਾਰੀਆਂ ਲੀਗਲ ਇਮੀਗ੍ਰੇਸ਼ਨ ਦੀਆਂ ਗਿਣਾਈਆਂ ਜੀ। ਜਿਹੜਾ ਪਬਲਿਕ ਚਾਰਜ ਦਾ ਰੂਲ ਆ ਇਹ ਸਿੱਧਾ ਤੇ ਸਿੱਧਾ ਜਿਹੜੇ ਬੰਦੇ ਗ੍ਰੀਨ ਕਾਰਡ ਹੋਲਡਰਸ ਆਪਣੇ ਹਸਬੈਂਡ ਵਾਈਫ ਲਈ ਅਪਲਾਈ ਕਰਦੇ ਨੇ, ਜਾਂ ਸਿਟੀਜ਼ਨ ਹਸਬੈਂਡ ਵਾਈਫ ਲਈ ਅਪਲਾਈ ਕਰਦੇ ਨੇ, ਜਾਂ ਜਿਹੜੇ ਆਪਣੇ ਭੈਣਾਂ ਭਰਾਵਾਂ ਲਈ ਸਿਟੀਜ਼ਨ ਕਰਦੇ ਨੇ ਜਾਂ ਆਪਣੇ ਬੱਚਿਆਂ ਲਈ, ਉਹਨਾਂ ਤੇ ਲਾਗੂ ਹੁੰਦਾ। ਠੀਕ ਹੈ, ਤੇ ਉਹਦਾ ਮਤਲਬ ਇਹ ਸੀ ਕਿ ਘੱਟ ਬੰਦਿਆਂ ਨੂੰ ਮਿਲੇ। ਇਸ ਤੋਂ ਇਲਾਵਾ ਜਿਹੜਾ H1 ਹੈ ਉਹ ਵੀ ਇੱਕ ਲੀਗਲ ਇਮੀਗ੍ਰੇਸ਼ਨ ਆ। ਹੁਣ ਜਿਹੜਾ F1 ਹੈਗਾ ਉਹਦੀ ਸੂਰਤ ਦੇਖ ਲਓ ਕੀ ਆ, ਵੀ ਇਹਨਾਂ ਨੇ ਕਿਹਾ ਵੀ ਜਿਹੜੇ ਇਨ ਪਰਸਨ ਕਲਾਸਿਸ ਨਹੀਂ ਲੈਣਗੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ F1 ਨਹੀਂ ਦੇਵਾਂਗੇ। ਬਾਅਦ ਚ ਕੋਰਟ ਚ ਕੇਸ ਹੋਇਆ। ਸੋ ਫਿਰ ਕਹਿਣ ਦਾ ਭਾਵ ਹੈ ਕਿ ਜਿਹੜੀ ਇਹ ਲੌਬੀ ਬੇਸਿਕਲੀ ਕ੍ਰੀਏਟ ਕਰ ਰਹੇ ਨੇ ਲੋਕਾਂ ਦੇ ਵਿੱਚ, ਸਟੇਟਮੈਂਟ ਕੁਝ ਹੋਰ ਆ ਰਹੀ ਹੈ ਔਰ ਅੰਦਰ ਖਾਤੇ ਗੱਲ ਕੁਝ ਹੋਰ ਹੋ ਰਹੀ ਹੈ। ਜਿਵੇਂ ਤੁਸੀਂ ਕਿਹਾ ਕਿ ਜਿਹੜੇ ਲੀਗਲ ਸਟੇਟਸ ਨੇ F1 H1 ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਪੌਂਸਰ ਕਰਕੇ ਗ੍ਰੀਨ ਕਾਰਡ ਮਿਲ ਜਾਂਦੇ ਸੀਗੇ, ਉਹਨਾਂ ਦੇ ਲਈ ਇਹ ਖਾਸ ਕੋਈ ਤਿਆਰੀ ਰਣਨੀਤੀ ਜਿਹੜੀ ਹੈ ਬਣਾਈ ਜਾ ਰਹੀ ਹੈ ਤਾਂ ਕਿ ਇਹ ਜਿਹੜੇ ਪ੍ਰੋਸੈਸ ਹਨ ਨਾ ਹੋਣ? ਬਿਲਕੁਲ, ਇਹਨਾਂ ਦਾ ਜਿਹੜਾ ਟਾਰਗੇਟ ਹੈ ਉਹ ਇਕੱਲਾ ਅਨਡਾਕੂਮੈਂਟਡ ਬੰਦੇ ਜਿਹੜੇ ਬਾਰਡਰ ਕ੍ਰੋਸ ਕਰਕੇ ਆਉਂਦੇ ਆ ਉਹ ਨਹੀਂ ਹੈਗਾ। ਉਹਨਾਂ ਦਾ ਹਾਲ ਤਾਂ ਤੁਸੀਂ ਦੇਖ ਹੀ ਲਿਆ, ਹੁਣ ਪਿੱਛੇ ਮਤਲਬ 500 ਤੋਂ ਉੱਪਰ ਇਦਾਂ ਦੇ ਬੱਚੇ ਨੇ ਜਿਨ੍ਹਾਂ ਦੀ ਉਮਰ 1 ਸਾਲ ਤੋਂ ਲੈ ਕੇ 7 ਸਾਲ ਤੱਕ ਆ, ਉਹ ਬੱਚੇ ਆਪਣੇ ਮਾਂ ਬਾਪ ਤੋਂ ਅਲੱਗ ਨੇ, ਤੇ ਉਹਨਾਂ ਬੱਚਿਆਂ ਦਾ ਮਤਲਬ ਇਹੀ ਨਹੀਂ ਪਤਾ ਵੀ ਮਾਂ ਬਾਪ ਉਹਨਾਂ ਦੇ ਕਿੱਥੇ ਆ, ਤੇ ਲਾਗੇ ਰਿਹਾ ਵੀ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਆਪੋ ਆਪਣੀ ਕੰਟਰੀ 'ਚ। ਹੁਣ ਉਹ ਬੱਚੇ ਜਿਹੜੇ ਨੇ ਕਸਟਡੀ 'ਚ ਨੇ, ਤੇ ਇਹ ਜਿਹੜੀ ਐਡਮਿਨਿਸਟ੍ਰੇਸ਼ਨ ਕਹਿ ਰਹੀ ਆ ਕਿ ਅਸੀਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹਦੇ ਮਾਂ ਬਾਪ ਨੂੰ। ਉਹਦੇ ਬਾਰੇ ਜਿਹੜਾ ਲਾਸਟ ਡਿਬੇਟ ਸੀਗਾ ਉਹ 'ਚ ਵੀ ਗੱਲ ਹੋਈ, ਤੇ ਪ੍ਰੈਜੀਡੈਂਟ ਟਰੰਪ ਨੇ ਕਿਹਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਲੱਭਣ ਦੀ, ਤੇ ਬਾਈਡਨ ਨੇ ਕਿਹਾ ਕਿ ਜੇ ਮੈਂ ਮਤਲਬ ਬਣ ਗਿਆ ਪਹਿਲੇ ਦਿਨ ਮੈਂ ਐਗਜ਼ੈਕਟਿਵ ਆਰਡਰ ਕਰਕੇ ਤੇ ਇੱਕ ਟਾਸਕ ਫੋਰਸ ਬਣਾਵਾਂਗਾ,
ਤੇ ਜਿਹਦੇ ਵਿੱਚ ਕਿ ਇਹ ਕਹਾਂਗਾ ਕਿ ਇਹ ਜਿਹੜੇ ਮਤਲਬ ਬੱਚੇ ਛੋਟੇ ਛੋਟੇ ਆ ਇਹਨਾਂ ਨੂੰ ਇਹਨਾਂ ਦੇ ਮਾਂ-ਬਾਪ ਨਾਲ ਜੋੜਿਆ ਜਾਵੇ। ਸੋ ਦੱਸੋ ਵੀ ਇਹ ਜਿਹੜੀ ਉਹਨਾਂ ਦਾ ਹਾਲਤ ਇਹ ਆ ਜਿਹੜੇ ਬਾਰਡਰ ਕ੍ਰੋਸ ਕਰਕੇ ਆਉਂਦੇ ਆ, ਹੁਣ ਕਿੰਨੇ ਬੰਦੇ ਡਿਪੋਰਟ, ਜਿਹੜਾ ਹਰ ਹਫ਼ਤੇ 10 ਦਿਨ ਬਾਅਦ ਇੱਥੋਂ ਜਹਾਜ਼ ਭਰ ਕੇ ਇੰਡੀਆ ਨੂੰ ਜਾਂਦਾ, ਤੇ ਉਹ ਤੁਸੀਂ ਦੇਖ ਲਓ ਵੀ ਇੱਕ ਤਾਂ ਇਹ ਜਿਹੜੀ ਕੰਡੀਸ਼ਨ ਆ। ਸਾਡਾ ਇੱਕ ਕੇਸ ਸੀਗਾ ਲੂਜ਼ੀਆਨਾ ਦੇ ਵਿੱਚ, ਇੱਕ ਬੰਦਾ ਸੀ 1.5 ਸਾਲ ਜੇਲ੍ਹ 'ਚ ਰਿਹਾ ਅਤੇ ਉਹਦਾ ਕੇਸ ਅਸੀਂ ਅਪੀਲ ਦੇ ਵਿੱਚ ਜਿਹੜਾ ਅਸੀਂ ਜਿੱਤ ਗਏ, ਉਹ ਜਿੱਤ ਕੇ ਇਮੀਗ੍ਰੇਸ਼ਨ ਜੱਜ ਕੋਲ ਆ ਗਿਆ ਅਤੇ ਇਮੀਗ੍ਰੇਸ਼ਨ ਜੱਜ ਕੋਲ ਮੈਂ ਹੀਅਰਿੰਗ ਕਰਾਈ ਤਾਂ ਉਹ ਕੇਸ ਪਾਸ ਹੋ ਗਿਆ ਅਤੇ ਅੰਦਰ ਹੀ ਜੇਲ੍ਹ ਦੇ ਮਤਲਬ 1.5 ਸਾਲ ਬਾਅਦ। ਅਤੇ ਉਹ ਸਰਕਾਰੀ ਵਕੀਲ ਜਿਹੜਾ ਸੀ ਉਹ ਮੈਨੂੰ ਕਹਿੰਦਾ ਵੀ ਕਹਿੰਦਾ 1 ਸਾਲ ਦੇ ਵਿੱਚ ਪਹਿਲਾ ਕੇਸ ਪਾਸ ਹੋਇਆ ਸਾਲ ਦੇ ਵਿੱਚ। ਤੇ ਅੱਛਾ ਉਸ ਤੋਂ ਬਾਅਦ ਕੀ ਹੋਇਆ, ਅਸੀਂ ਉਹਨਾਂ ਨੂੰ ਕਿਹਾ ਜਿਹੜੇ ਜੇਲ੍ਹ ਵਾਲੇ ਸੀਗੇ ਵੀ ਇਹਨੂੰ ਛੱਡੋ, ਪਹਿਲਾਂ ਤਾਂ ਉਹ ਕਹਿੰਦੇ ਸਾਡੇ ਕੋਲ ਆਰਡਰ ਹੀ ਕੋਈ ਨਹੀਂ ਆਇਆ ਇਹਦਾ, ਫਿਰ ਅਸੀਂ ਆਰਡਰ ਭੇਜਿਆ, ਫਿਰ ਉਹ ਕਹਿੰਦੇ ਵੀ ਸਾਡੇ ਕੋਲ ਗੌਰਮੈਂਟ ਕੋਲ 30 ਦਿਨ ਅਪੀਲ ਕਰਨ ਦੇ ਆ, ਜਿੰਨੀ ਦੇਰ ਉਹ 30 ਦਿਨ ਨਹੀਂ ਲੰਘਦੇ ਜਾਂ ਅਪੀਲ ਨਹੀਂ ਹੁੰਦੀ ਤਾਂ ਅਸੀਂ ਨਹੀਂ ਛੱਡ ਸਕਦੇ, ਜੇ ਅਪੀਲ ਹੋ ਗਈ ਤਾਂ ਇਹਨੂੰ ਅੰਦਰ ਰਹਿਣਾ ਪਏਗਾ, ਜੇ ਅਪੀਲ ਨਹੀਂ ਹੁੰਦੀ ਫਿਰ ਛੱਡ ਸਕਦੇ ਹਾਂ। ਫਿਰ ਅਸੀਂ ਉਹ ਜਿਹੜਾ ਗਵਰਨਮੈਂਟ ਦਾ ਸੀਗਾ ਸਰਕਾਰੀ ਵਕੀਲ ਉਹਦੇ ਨਾਲ ਗੱਲ ਕੀਤੀ, ਉਹਨੂੰ ਕਿਹਾ ਵੀ ਤੁਸੀਂ ਅਪੀਲ ਨਹੀਂ ਕਰ ਸਕਦੇ, ਅਪੀਲ 'ਚ ਉਹਦਾ ਕੇਸ ਵਾਪਸ ਆਇਆ ਹੈ। ਤੇ ਉਦੋਂ ਬਾਅਦ ਫਿਰ ਵੀ ਦੇਖ ਲਓ 30 ਦਿਨ ਪੂਰੇ, ਜਿੱਦਣ 30 ਦਿਨ ਪੂਰੇ ਹੋਏ ਉਦੋਂ ਬਾਅਦ ਉਹਨੂੰ ਛੱਡਿਆ, ਉਹ ਤੋਂ ਪਹਿਲਾਂ ਪਾਸ ਹੋਣ ਦੇ ਬੰਦੇ ਨੂੰ ਸੈਲਮ ਗ੍ਰਾਂਟ ਹੋ ਗਿਆ, ਕੇਸ ਪਾਸ ਹੋ ਗਿਆ ਉਹਨੂੰ ਛੱਡਿਆ, ਤੁਸੀਂ ਹਿਸਾਬ ਨਾਲ ਮਤਲਬ ਉਹ ਤਾਂ ਉਹ ਹੋ ਗਿਆ। ਬਾਕੀ ਜਿਹੜੀ ਲੀਗਲ ਇਮੀਗ੍ਰੇਸ਼ਨ ਆਪਾਂ ਤਾਂ ਉਹਦੀ ਗੱਲ ਕਰ ਰਹੇ ਹਾਂ ਕਿ ਜਿਹੜੇ H1 ਹੋ ਗਿਆ, L ਵੀਜ਼ਾ ਹੋ ਗਿਆ, J ਵੀਜ਼ਾ ਹੋ ਗਿਆ, F1 ਵੀਜ਼ਾ ਹੋ ਗਿਆ, ਇਹ ਸਾਰੇ ਬੰਦ ਕੀਤੇ ਨੇ ਵਕੀਲ ਦਸੰਬਰ ਤੱਕ। ਜਿਨ੍ਹਾਂ ਜਿਨ੍ਹਾਂ ਦਾ ਕੰਮ ਇਸ ਸਾਲ ਨਹੀਂ ਹੋਇਆ, ਕੋਟਾਂ ਬੰਦ ਸੀਗੀਆਂ, ਉਹਨਾਂ ਦਾ ਕੀ ਬਣੂ ਹੁਣ ਇਨ ਫਿਊਚਰ? ਦੇਖੋ ਇਸ ਤਰ੍ਹਾਂ ਹੈਗਾ ਆਪਣਾ ਹਰਕੀਰਤ ਜੀ ਕਿ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਕੋਟਾਂ ਨੇ ਇਹ ਸਿਰਫ ਜਿਹੜੀ ਨਿਊਯਾਰਕ ਵਾਲੀ ਕੋਟ ਆ ਉਹ ਅਜੇ ਨਹੀਂ ਖੁੱਲੀ, ਕਿਉਂਕਿ ਉਹ ਹੁਣ ਨਵੰਬਰ 18 ਤੱਕ ਉਹਨਾਂ ਨੇ ਫੇਰ ਉਹਦੀਆਂ ਜਿਹੜੀ ਹੈਗੀ ਮਤਲਬ ਕੋਰਟ ਦੀ ਜਿਹੜੀ ਓਪਨਿੰਗ ਸੀ ਪੋਸਟਪੋਨ ਕਰਤੀ ਆ। ਠੀਕ ਹੈ, ਪਰ ਬਾਕੀ ਕੋਟਾਂ ਆਲਮੋਸਟ ਜਿੱਥੇ ਆਪਣੇ ਪੰਜਾਬੀ ਨੇ ਜ਼ਿਆਦਾ ਜਿਵੇਂ ਕੈਲੀਫੋਰਨੀਆ ਦੇ ਕੋਟਾਂ ਹੋ ਗਈਆਂ, ਸਿਆਟਲ ਵਾਸ਼ਿੰਗਟਨ ਦੀਆਂ ਹੋ ਗਈਆਂ, ਸ਼ਿਕਾਗੋ ਦੀਆਂ ਹੋ ਗਈਆਂ, ਕਲੀਵਲੈਂਡ, ਇਹ ਸਾਰੀਆਂ ਖੁੱਲੀਆਂ। ਇਹਨਾਂ ਦੇ ਵਿੱਚ ਇਸ ਤਰ੍ਹਾਂ ਹੈਗਾ ਕਿ ਜਿਹੜੀਆਂ ਮਾਸਟਰ ਹੀਅਰਿੰਗ ਡੇਟਸ ਨੇ ਉਹ ਸਾਰੀਆਂ ਪੋਸਟਪੋਨ ਕਰ ਰਹੇ ਨੇ, ਜਿਹੜੀਆਂ ਫਾਈਨਲ ਡੇਟਾਂ ਹੈਗੀਆਂ ਇੰਡੀਵਿਜੁਅਲ ਉਹ ਹੋ ਰਹੀਆਂ ਨੇ, ਉਹ ਵੀ ਵਿੱਚੋਂ ਮਤਲਬ ਜੇ ਹੁਣ 10 ਕੇਸ ਲੱਗੇ ਇੱਕ ਦਿਨ ਚ ਇੰਡੀਵਿਜੁਅਲ, ਉਹ ਚੋਂ 3-4 ਹੀ ਕਰਦੇ ਆ, ਬਾਕੀ ਨੂੰ ਅਡਜਰਨ ਕਰ ਦਿੰਦੇ ਆ। ਸੋ ਮੋਸਟ ਲਾਈਕਲੀ ਜਿਹੜੀਆਂ ਮਾਸਟਰ ਹੀਅਰਿੰਗ ਡੇਟਸ ਨੇ ਉਹ ਨੈਕਸਟ ਈਅਰ ਪੈਣਗੀਆਂ ਸਾਰਿਆਂ ਦੀਆਂ, ਕਿਉਂਕਿ ਇਹ ਜਿਹੜੀ ਹੈਗੀ ਕੋਰੋਨਾ ਵਾਇਰਸ ਦੀ ਜਿਹੜੀ ਉਹ ਵੈਕਸੀਨ ਆਉਣੀ ਆ ਉਹਨੂੰ ਉਡੀਕ ਰਹੇ ਆ ਕਿ ਉਹ ਆ ਜਾਵੇ, ਕਿਉਂਕਿ ਜਿਹੜੀ ਕੋਰਟ ਆ ਉਹ ਬੜਾ ਇਨਕਲੋਜ਼ਡ ਐਟਮੋਸਫੀਅਰ ਹੁੰਦਾ, ਉੱਥੇ ਕੋਈ ਨਾ ਕੋਈ ਤਾਕੀਬਾਰੀ ਤਾਂ ਹੁੰਦੀ ਨਹੀਂ, ਨਾ ਉੱਥੇ ਹਵਾਈ ਜਿਹੜੀ ਬਾਹਰ ਜਾ ਸਕਦੀ ਆ, ਤੇ ਇਹ ਮਤਲਬ ਕੋਸ਼ਿਸ਼ ਇਹ ਕਰ ਰਹੀ ਹੈ ਗਵਰਨਮੈਂਟ ਕਿ ਉੱਥੇ ਇਕੱਠ ਨਾ ਹੋਵੇ, ਲੋਕੀ ਇਕੱਠੇ ਨਾ ਹੋਣ, ਤੇ ਇਸ ਕਰਕੇ ਉਹ 'ਚ ਬੜੇ ਥੋੜੇ ਬੰਦੇ ਜਾਂਦੇ ਆ, ਤੇ ਉਹਦੇ ਕਰਕੇ ਉਹ ਫਿਰ ਜਿਹੜੀ ਜਿਹੜੀ ਇੰਡੀਵਿਜੁਅਲ ਹੁੰਦੀ ਉਹ ਤਾਂ ਇਕੱਲੇ ਦੀ ਡੇਟ ਹੁੰਦੀ ਆ, ਤੇ ਇੱਕ ਨਾਲ ਵਕੀਲ ਹੁੰਦਾ ਉਹਦੇ। ਹੁਣ ਤਾਂ ਬਲਕਿ ਮੈਂ ਇੱਕ ਹੀਅਰਿੰਗ ਕਰਾਈ ਆ ਇੰਡੀਵਿਜੁਅਲ, ਸਾਡਾ ਕੇਸ ਸੀ ਪਿਛਲੇ ਹਫ਼ਤੇ ਇੱਥੇ ਸੈਨ ਫਰਾਂਸਿਸਕੋ, ਉਹ ਪਾਸ ਵੀ ਹੋ ਗਿਆ, ਚਲੋ ਠੀਕ ਹੈ ਪਰਮਾਤਮਾ ਦੀ ਕਿਰਪਾ ਗ੍ਰਾਂਟ ਹੋ ਗਿਆ। ਉਹਦੇ ਵਿੱਚ ਤੁਸੀਂ ਦੇਖੋ ਵੀ ਮੈਂ ਤੇ ਮੇਰਾ ਕਲਾਇੰਟ ਤੇ ਅਸੀਂ ਗਏ, ਤੇ ਜਿਹੜਾ ਸਰਕਾਰੀ ਵਕੀਲ ਸੀ ਉਹ ਵੀ ਫੋਨ ਤੇ ਆਇਆ ਹੀ ਨਹੀਂ, ਤੇ ਜਿਹੜਾ ਇੰਟਰਪ੍ਰੈਟਰ ਹੁੰਦਾ ਕੋਰਟ ਦਾ ਉਹ ਵੀ ਫੋਨ ਤੇ, ਉਹ ਵੀ ਮਿਲ ਨਹੀਂ ਆਇਆ। ਸੋ ਕੋਸ਼ਿਸ਼ ਸੀਗੀ ਵੀ ਸਿਰਫ ਅਸੀਂ ਕਮਰੇ ਦੇ ਵਿੱਚ 3 ਮਤਲਬ ਬੰਦੇ ਸੀ, ਇੱਕ ਮੈਂ, ਮੇਰਾ ਕਲਾਇੰਟ ਤੇ ਇੱਕ ਜੱਜ, ਦੈਟਸ ਇਟ। ਤੇ ਉਹ ਤੁਸੀਂ ਦੇਖ ਲਓ ਵੀ ਉਹਦੇ ਵਿੱਚ ਵੀ ਉਹਨਾਂ ਨੇ ਟਰਾਈ ਸੀਗੀ ਵੀ ਜਿੰਨੀ ਜਲਦੀ ਮੁੱਕੇ, ਉਹਨਾਂ ਨੇ ਘੰਟੇ 1.5 ਘੰਟੇ ਦੇ ਵਿੱਚ ਉਹਨੂੰ ਮਤਲਬ ਸੁਣ ਕੇ, ਤੇ ਖੈਰ ਉਹ ਕੇਸ ਜਿਹੜਾ ਸੀ ਅੱਛਾ ਸੀਗਾ, ਮਤਲਬ ਵੈਲ ਰੈਪ੍ਰੈਜੈਂਟਡ ਵੀ ਸੀ, ਕਲਾਇੰਟ ਦੀ ਵੀ ਜਿਹੜੀ ਹੈਗੀ ਆ ਉਹ ਕਲੇਮ ਕਾਫੀ ਮਤਲਬ ਜਿਹੜਾ ਹੈਗਾ ਠੀਕ ਸੀ। ਫਿਰ ਤਾਂ ਕਲਾਇੰਟਸ ਲਈ ਇਹ ਜਿਹੜਾ ਕਰੋਨਾ ਵਾਇਰਸ ਹੈ ਤੇ ਫਿਰ ਉਹਨਾਂ ਨੂੰ ਫਾਇਦਾ ਪਹੁੰਚਾਇਆ ਉਹਨਾਂ ਨੇ, ਕਿਉਂਕਿ ਨਾ ਤਾਂ ਇੰਟਰਪ੍ਰੇਟਰ ਪਹੁੰਚਿਆ ਨਾ ਸਰਕਾਰੀ ਵਕੀਲ ਪਹੁੰਚਿਆ, ਤੇ ਜੱਜ ਤਾਂ ਫਿਰ ਤੁਹਾਡੇ ਤੁਸੀਂ ਸਾਹਮਣੇ ਖੜੇ ਸੀ, ਫਿਰ ਤੁਹਾਡੀ ਸੁਣੋ, ਫੋਨ ਤੇ ਤਾਂ ਗੱਲ ਹੋ ਹੀ ਨਹੀਂ ਪਾਉਂਦੀ ਨਾ। ਨਹੀਂ ਨਹੀਂ ਮਤਲਬ ਉਹ ਫਿਜ਼ੀਕਲੀ ਪ੍ਰੈਜ਼ੈਂਟ ਨਹੀਂ ਸੀ ਉਹ ਫੋਨ ਤੇ ਲਿਆ। ਮੈਂ ਸਮਝ ਗਿਆ, ਉਹੀ ਮੈਂ ਕਹਿ ਰਿਹਾ ਕਿ ਫਿਰ ਤਾਂ ਜੇ ਕਰੋਨਾ ਵਾਇਰਸ ਕਰਕੇ ਜਿਹੜੇ ਨੇ ਇੰਟਰਪ੍ਰੇਟਰ ਵੀ ਨਹੀਂ ਪਹੁੰਚਿਆ, ਸਰਕਾਰੀ ਵਕੀਲ ਵੀ ਨਹੀਂ ਪਹੁੰਚਿਆ, ਤਾਂ ਤੁਸੀਂ ਫਿਜ਼ੀਕਲੀ ਉੱਥੇ ਪਹੁੰਚੇ ਹੋਏ ਸੀ ਤਾਂ ਉਹਦਾ ਫਾਇਦਾ ਜਿਹੜਾ ਤੁਹਾਡੇ ਕਲਾਇੰਟ ਨੂੰ ਹੋਇਆ, ਉਹਦਾ ਬਿਲਕੁਲ ਉਹਦਾ ਫਾਇਦਾ ਹੋਇਆ, ਪਰ ਉਹ ਫੋਨ ਤੇ ਸੀਗੇ ਅਵੇਲੇਬਲ ਕਿ ਜਿਹੜਾ ਇੰਟਰਪ੍ਰੇਟਰ ਸੀਗਾ ਉਹ ਫਿਜ਼ੀਕਲੀ ਨਹੀਂ ਆਇਆ, ਪਰ ਫੋਨ ਤੇ ਸੀਗਾ, ਤੇ ਜਿਹੜਾ ਸਰਕਾਰੀ ਵਕੀਲ ਸੀ ਉਹ ਵੀ ਫੋਨ ਤੇ ਸੀ, ਫੋਨ ਤੇ ਉਹ ਆਪਣੀ ਜੋ ਵੀ ਉਹਨਾਂ ਨੇ ਕਰਨਾ ਸੀ ਕਾਰਵਾਈ ਕਰ ਰਹੇ ਸੀ, ਇੰਟਰਪ੍ਰੇਟਰ ਨੇ ਫੋਨ ਤੇ ਸਾਰਾ ਇੰਟਰਪ੍ਰੇਟ ਕੀਤਾ। ਇਹਦੇ ਨਾਲ ਨਾਲ ਮੈਂ ਤੁਹਾਨੂੰ ਇੱਕ ਹੋਰ ਜਾਣਕਾਰੀ ਦੇ ਦਾਂ ਕਿਰਤ ਜੀ ਕਿ ਜਿਹੜੀਆਂ ਜਿਵੇਂ ਸੈਲਮ ਆਫਿਸ ਦੀਆਂ ਇੰਟਰਵਿਊਜ਼ ਹੁੰਦੀਆਂ ਨੇ ਤੇ ਜਾਂ ਜਿਹੜੀਆਂ ਇੰਟਰਵਿਊਜ਼ ਫਰਜ਼ ਕਰੋ ਸਿਟੀਜ਼ਨਸ਼ਿਪ ਦੀਆਂ ਹੁੰਦੀਆਂ ਜਿਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਤੇ ਉਹ ਜਿਹੜਾ ਹੁੰਦਾ ਮੈਡੀਕਲ ਸਰਟੀਫਿਕੇਟ ਦੀ ਬੇਸ ਤੇ ਜਿਹੜੇ ਓਲਡ ਬੰਦੇ ਲੈਂਦੇ ਆ ਉੱਥੇ ਇੰਟਰਪ੍ਰੇਟਰ ਆਪਣਾ ਨਾਲ ਜਾ ਸਕਦੇ ਆ। ਹੁਣ USCIS ਨੇ ਸਾਰੇ ਇੰਟਰਪ੍ਰੇਟਰ ਬੰਦ ਕਰਤੇ ਆ, ਉਹ ਇਹ ਕਹਿੰਦੇ ਆ ਕਿ ਇੰਟਰਪ੍ਰੇਟਰ ਅਸੀਂ ਪ੍ਰੋਵਾਈਡ ਕਰਾਂਗੇ ਫੋਨ ਤੇ, ਜਾਂ ਫੋਨ ਤੇ ਕਰਾਂਗੇ ਜਾਂ ਤੁਹਾਡਾ ਇੰਟਰਪ੍ਰੇਟਰ ਜਿਹੜਾ ਉਹ ਬਾਹਰ ਬੈਠੇ ਆਪਣੀ ਗੱਡੀ 'ਚ ਤੇ ਉਹਨੂੰ ਅੰਦਰੋਂ ਆਫੀਸਰ ਫੋਨ ਕਰੇਗਾ ਤੇ ਉਹਨੂੰ ਮਤਲਬ ਲਾਈਨ ਤੇ ਲਏਗਾ, ਅੰਦਰ ਨਹੀਂ ਜਾਣ ਦਿੰਦੇ। ਹੈ ਤਾਂ ਕੋਵਿਡ ਰਿਲੇਟਡ ਆ ਪਰ ਉਹ ਅੰਦਰ ਯਾਨੀ ਕਿ ਇੰਟਰਪ੍ਰੇਟਰਸ ਨੂੰ ਜਿਹੜਾ ਅਲਾਉ ਨਹੀਂ ਕਰ। ਠੀਕ ਹੈ ਵਕੀਲ ਸਾਹਿਬ, ਇੱਕ ਗੱਲ ਹੋਰ
ਸੋ ਉਹਨਾਂ ਨੂੰ ਜਿਹੜਾ ਪ੍ਰੋਵੀਜ਼ਨਲ ਹੈ ਨਾ ਗ੍ਰੀਨ ਕਾਰਡ ਆ ਜਾਂਦਾ ਪਹਿਲਾਂ, ਉਸ ਤੋਂ ਬਾਅਦ ਫਿਰ ਤੁਹਾਨੂੰ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਕੰਡੀਸ਼ਨਲ ਗ੍ਰੀਨ ਕਾਰਡ ਹੈਗਾ। ਤਾਂ ਹੁਣ ਇਸ ਸਾਲ ਦੇ ਵਿੱਚ ਕੋਈ ਸਪੈਸ਼ਲ ਜਿਹੜੀ ਹੈਗੀ ਹੈ ਕੈਟੇਗਰੀ ਨਿਕਲੂਗੀ, ਕਿਉਂਕਿ 1 ਸਾਲ ਤਾਂ ਪੂਰਾ ਹੋ ਗਿਆ, ਜਿਨ੍ਹਾਂ ਨੇ ਆਪਣੇ ਕੇਸ ਫਾਈਲ ਕੀਤੇ ਹੋਣੇ ਆ ਉਹ ਵੀ ਆਪਣੇ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਹੋਣੇ ਆ, ਇੰਟਰਵਿਊ ਦੀ ਉਡੀਕ ਕਰ ਰਹੇ ਹੋਣੇ ਆ, ਸੋ ਕੁਝ ਸਪੈਸ਼ਲ ਕਰੇਗੀ ਇਮੀਗ੍ਰੇਸ਼ਨ ਡਿਪਾਰਟਮੈਂਟ? ਦੇਖੋ ਇਸ ਤਰ੍ਹਾਂ ਹੈਗਾ, ਇਹਦਾ ਇਹ ਪੋਜੀਸ਼ਨ ਇਹ ਆ ਵੀ ਜਦੋਂ ਕੋਈ ਬੰਦਾ ਸਿਟੀਜ਼ਨ ਨਾਲ ਵਿਆਹ ਕਰਦਾ ਹਾਂਜੀ, ਤਾਂ ਉਹਨੂੰ ਜਿਹੜਾ ਜੇ ਵਿਆਹ 2 ਸਾਲ ਦੇ ਅੰਦਰ ਹੋਇਆ, ਜਿਵੇਂ ਜਦੋਂ ਵਿਆਹ ਹੋ ਗਿਆ ਨਾਲ ਹੀ ਅਪਲਾਈ ਕਰਤਾ, ਤਾਂ ਉਹਨੂੰ ਜਿਹੜਾ ਗ੍ਰੀਨ ਕਾਰਡ ਮਿਲਦਾ 2 ਸਾਲ ਦਾ ਮਿਲਦਾ ਕੰਡੀਸ਼ਨ ਗ੍ਰੀਨ ਕਾਰਡ। ਜੀ 2 ਸਾਲ ਪੂਰੇ ਹੋਣ ਤੋਂ 3 ਮਹੀਨੇ ਪਹਿਲਾਂ ਉਹਨੂੰ ਕੰਡੀਸ਼ਨ ਰਿਮੂਵਲ ਲਈ ਅਪਲਾਈ ਕਰਨਾ ਪੈਂਦਾ। ਹੁਣ ਜਿਹੜਾ ਕੰਡੀਸ਼ਨ ਰਿਮੂਵਲ ਲਈ ਅਪਲਾਈ ਕਰਦਾ, ਜਾਂ ਤਾਂ ਉਹਦੀ ਹੁੰਦੀ ਜੁਆਇੰਟ ਪਟੀਸ਼ਨ ਕਿ ਦੋਨੇ ਹੀ ਹਸਬੈਂਡ ਵਾਈਫ ਨੂੰ ਸਾਈਨ ਕਰਨ ਤੇ ਆਪਣੇ ਪ੍ਰੂਫ ਨਾਲ ਲਾਣ, ਤੇ ਜੇ ਫਰਜ਼ ਕਰੋ ਉਹਨਾਂ ਦੀ ਹੁਣ ਕੋਈ ਇਦਾਂ ਦੇ ਕੇਸ ਵੀ ਹੁੰਦੇ ਆ ਮੈਰਿਜ ਨਹੀਂ ਚੱਲ ਸਕੀ ਤੇ ਉਹਨਾਂ ਦਾ ਆਪਸ ਚ ਡਿਵੋਰਸ ਹੋ ਗਿਆ, ਤਕਰਾਰ ਹੋ ਗਿਆ, ਫਿਰ ਇਹ ਹੁੰਦੀ ਆ ਵਨ ਸਾਈਡਡ ਕਿ ਜਿਹੜਾ ਹੈਗਾ ਡਿਵੋਰਸ ਕਰਨ ਤੋਂ ਬਾਅਦ ਜਿਵੇਂ ਜਿਹਨੇ ਗ੍ਰੀਨ ਕਾਰਡ ਲੈਣਾ ਉਹ ਅਪਲਾਈ ਕਰਦਾ ਤੇ ਉਹਨੂੰ ਉਹ ਜਿਹੜੀ ਮਤਲਬ ਕੰਡੀਸ਼ਨ ਵੇਵ ਵਾਸਤੇ। ਤੇ ਕਈ ਜਿਹੜੀਆਂ ਹੁਣ ਲੇਡੀਜ਼ ਏ, ਜੇ ਹੁਣ ਕਈ ਵਾਰੀ ਕਈਆਂ ਨੂੰ ਹੁੰਦਾ ਵੀ ਮੈਨੂੰ ਕੁੱਟਮਾਰ ਹੋਈ ਆ, ਜ਼ੁਲਮ ਹੋਇਆ ਫਲਾਣਾ, ਤੇ ਇਸ ਕਰਕੇ ਉਹ ਮਤਲਬ ਉਸ ਗਰਾਊਂਡ ਤੇ ਵੀ ਕਰ ਦਿੰਦੀ ਆ ਵਨ ਸਾਈਡਡ ਕਿ ਵੀ ਅਸੀਂ ਪੈਰਡ ਸਪਾਊਸ ਆ। ਹੁਣ ਜਿਹੜੀ ਹੁੰਦਾ ਕੀ ਹੈ, ਜਦੋਂ ਆਪਾਂ ਅਪਲਾਈ ਕਰਦੇ ਹਾਂ ਉਸ ਤੋਂ ਬਾਅਦ ਇਹ ਤੁਹਾਡਾ ਗ੍ਰੀਨ ਕਾਰਡ ਜਿਹੜਾ ਹੁੰਦਾ ਸਾਲ ਲਈ ਵਧਾ ਦਿੰਦੇ ਆਟੋਮੈਟਿਕਲੀ, ਤੇ ਉਹ 1 ਸਾਲ ਦੇ ਵਿੱਚ ਜੇ ਬੰਦੇ ਨੇ ਟਰੈਵਲ ਕਰਨਾ ਉਸ ਸਟੈਂਪ ਲਵਾ ਕੇ ਪਾਸਪੋਰਟ ਦੇ ਮਤਲਬ ਜਿਹੜਾ ਹੈਗਾ ਬਾਹਰ ਜਾ ਸਕਦਾ ਕੰਟਰੀ ਤੋਂ, ਜਿਵੇਂ ਇੰਡੀਆ ਜਾਣਾ ਜਾਂ ਕਿਤੇ ਜਾਣਾ, ਤੇ ਇੰਟਰਵਿਊ ਨੂੰ 1-1.5 ਸਾਲ ਲੱਗਦਾ। ਹੁਣ ਅੱਜ ਕੱਲ੍ਹ ਕੋਵਿਡ ਕਰਕੇ ਮੈਂ ਕਈ ਕੇਸਾਂ 'ਚ ਦੇਖਿਆ, ਸਾਡੇ ਆ 2 ਕੇਸ ਸੀ ਉਹਨਾਂ ਦੀ ਇੰਟਰਵਿਊ ਹੋਈ ਨਹੀਂ, ਬਾਏ ਮੇਲ ਹੀ ਅਪਰੂਵਲ ਆ ਗਈ, ਤੇ ਜੋ ਉਹ ਸਾਰੀ ਡਾਕੂਮੈਂਟੇਸ਼ਨ ਜਿਹੜੀ ਹੈਗੀ ਆ ਉਹ ਲੈ ਲੈਂਦੇ, ਜਿਵੇਂ ਜੁਆਇੰਟ ਪਰੂਫ, ਜਿਵੇਂ ਮਤਲਬ ਹੁੰਦੇ ਕਈਆਂ ਦਾ ਚਲੋ ਬੱਚਾ ਵੀ ਹੁੰਦਾ ਮੈਰਿਜ ਦੇ ਵਿੱਚ, ਤੇ ਉਹੋ ਜਿਹੇ ਕੇਸਾਂ ਦੇ ਵਿੱਚ ਉਹ ਇੰਟਰਵਿਊ ਨਹੀਂ ਕਰ ਰਹੇ, ਉਹ ਬਾਏ ਮੇਲ ਅਪਰੂਵਲ ਆ ਜਾਂਦੀ ਆ, ਪਰ ਅਪਰੂਵਲ ਆਉਣ ਨੂੰ ਟਾਈਮ ਲੱਗਦਾ, ਮਤਲਬ 1.5-1.5 ਸਾਲ ਦਾ, ਮਤਲਬ 1.5 ਸਾਲ ਦਾ ਟਾਈਮ ਹੈ ਹੀ ਆ। ਪਰ ਜਿਹੜੇ ਮਤਲਬ ਵਨ ਸਾਈਡਡ ਕੇਸ ਨੇ ਜਾਂ ਜਿੱਥੇ ਕੋਈ ਜ਼ਿਆਦਾ ਡਾਕੂਮੈਂਟੇਸ਼ਨ ਨਹੀਂ ਹੈਗੀ ਉਹਨਾਂ ਕੋਲ ਜੁਆਇੰਟ, ਜਾਂ ਸ਼ੱਕ ਵੈਸੇ ਹੀ ਪੈ ਜੇ ਉਹਨਾਂ ਨੂੰ, ਉਹਨਾਂ ਦੇ ਵਿੱਚ ਉਹ ਇੰਟਰਵਿਊ ਤੇ ਵੀ ਬੁਲਾ ਸਕਦੇ ਆ, ਪਰ ਟਾਈਮ ਲੱਗ ਰਿਹਾ 1 ਸਾਲ ਤੋਂ ਜ਼ਿਆਦਾ ਮੇਰੇ ਖਿਆਲ, 1.5-2 ਸਾਲ ਦੇ ਵਿੱਚ, 1.5 ਸਾਲ ਦਾ ਘੱਟੋ ਘੱਟ ਇੰਟਰਵਿਊ ਆਉਣ ਵਾਸਤੇ, ਉਸ ਤੋਂ ਪਹਿਲਾਂ ਨਹੀਂ ਆਈ। ਵਕੀਲ ਸਾਹਿਬ, ਜਿਨ੍ਹਾਂ ਨੇ ਆਪਣੇ ਪੇਰੈਂਟਸ ਨੂੰ ਸਪਾਂਸਰ ਕੀਤਾ ਹੋਇਆ, ਆਪਣੇ ਰਿਸ਼ਤੇਦਾਰਾਂ ਨੂੰ ਸਪਾਂਸਰ ਕੀਤਾ ਹੋਇਆ, ਉਹਨਾਂ ਦਾ ਕੀ ਬਣੂ? ਦੇਖੋ ਜੀ, ਜਿਹੜੇ US ਸਿਟੀਜ਼ਨ ਨੇ ਆਪਣੇ, ਕਿਉਂਕਿ ਪੇਰੈਂਟਸ ਨੂੰ ਸਿਟੀਜ਼ਨ ਹੀ ਅਪਲਾਈ ਕਰ ਸਕਦਾ ਗ੍ਰੀਨ ਕਾਰਡ ਹੋਲਡਰ ਨਹੀਂ, ਜਿਹੜੇ ਹੁਣ ਸਿਟੀਜ਼ਨਸ ਨੇ ਆਪਣੇ ਪੇਰੈਂਟ ਦਾ ਅਪਲਾਈ ਕੀਤਾ, ਉਹ ਕੈਟੇਗਰੀ ਤੇ ਪ੍ਰੈਜ਼ੀਡੈਂਟ ਟਰੰਪ ਨੇ ਬੈਨ ਲਾਇਆ ਹੋਇਆ 2 ਦਸੰਬਰ ਤੱਕ। ਜਿਹੜੀ ਭਰਾ ਭੈਣ ਦੀ ਕੈਟੇਗਰੀ ਆ ਉੱਤੇ ਵੀ ਬੈਨ ਆ, ਸੋ ਉਹ ਹੁਣ ਜਦੋਂ ਅਪਲਾਈ ਜਿਹੜਾ ਪੇਪਰ ਵਰਕ ਉਹ ਲੈ ਰਹੇ ਨੇ, ਤੁਸੀਂ ਅੱਜ ਪਟੀਸ਼ਨ ਆਪਣੇ ਪੇਰੈਂਟ ਦੀ ਕਰਦੇ ਹੋ ਤੇ ਉਹ ਜਿਹੜੀ ਤੁਸੀਂ ਫੀਸ 535 ਭਰੋਗੇ I-130 ਫਾਰਮ ਤੇ, ਉਹ ਤੁਹਾਨੂੰ ਜਿਹੜੀ ਹੈਗੀ ਆ ਉਹ ਫੀਸ ਦਾ ਉੱਥੋਂ ਮਤਲਬ ਰਸੀਦ ਆ ਜਾਏਗੀ, ਪੇਪਰ ਵਰਕ ਉਹ ਲਈ ਜਾਣਗੇ ਜਾਂ ਜੋ ਚਾਹੀਦਾ ਮੰਗਣਗੇ, ਲੇਕਿਨ ਉਹਦੀ ਜਿਹੜੀ ਇੰਟਰਵਿਊ ਆ ਉਹ ਨਹੀਂ ਹੋਏਗੀ। ਉਹ ਜੇ ਹੁਣ ਇਹ ਬੈਨ ਜਿਹੜਾ ਹਟਦਾ ਤੇ ਉਸ ਤੋਂ ਬਾਅਦ, ਕਿਉਂਕਿ ਇਹ ਤਾਂ ਫਸਟ ਪ੍ਰੈਫਰੈਂਸ ਕੈਟੇਗਰੀ ਹੈਗੀ ਆ, ਜਦੋਂ ਹੁਣ ਮਤਲਬ ਜਿਹੜਾ ਸਿਟੀਜ਼ਨ ਆਪਣੇ ਪੇਰੈਂਟ ਦਾ ਅਪਲਾਈ ਕਰਦਾ, ਇਹ 'ਚ ਕੋਈ ਵੀਜ਼ਾ ਜਾਂ ਕੋਟਾ ਸਿਸਟਮ ਨਹੀਂ ਹੈਗਾ, ਵੀਜ਼ਾ ਨੰਬਰ ਜਿਹੜੀ ਅਵੇਲੇਬਿਲਟੀ ਵਾਲਾ ਚੱਕਰ ਨਹੀਂ ਗਾ, ਜਦੋਂ ਵੀ ਇਹਨੂੰ ਮਤਲਬ ਜਿਹੜਾ ਹੈਗਾ ਪੇਪਰ ਵਰਕ ਜਿਹੜੀ ਪ੍ਰੋਸੈਸਿੰਗ ਨੂੰ 8 ਮਹੀਨੇ ਲੱਗਦੇ, 9 ਜਾਂ 7 ਸਾਲ ਲੱਗਦਾ ਉਹਦੇ ਵਿੱਚ ਹੋ ਜਾਂਦਾ। ਪਰ ਇਹ ਜੇ ਬੈਨ ਹਟੇਗਾ ਤਾਂ, ਹੁਣ ਜਿੰਨੀ ਦੇਰ ਇਹ ਬੈਨ ਲੱਗਿਆ ਹੋਇਆ ਉਨੀ ਦੇਰ ਤੱਕ ਪੇਪਰ ਵਰਕ ਤਾਂ ਹੋਏਗਾ ਪਰ ਵੀਜ਼ਾ ਨਹੀਂ ਮਿਲੇਗਾ ਉਹਨਾਂ ਨੂੰ। ਸੋ ਇਹ ਵੀ ਹੁਣ ਅੱਜ ਦੀ ਜਿਹੜੀ ਇਲੈਕਸ਼ਨ ਆ ਉਹ ਆਊਟਕਮ ਤੈਅ ਕਰੇਗੀ ਕਿ ਇਲੈਕਸ਼ਨ ਜਿਹੜੀ ਆ ਉਹ ਜਿੱਤਣੀ ਕਿਨੇ ਆ, ਕਿਉਂਕਿ ਜਿਹੜਾ ਇਹਨਾਂ ਦਾ ਐਡਵਾਈਜ਼ਰ ਹੈਗਾ ਮਿਲਰ, ਉਹਦਾ ਮਤਲਬ ਟਰੰਪ ਸਾਹਿਬ ਦਾ ਲਾਸਟ ਵੀਕ ਉਹਨੇ ਇੰਟਰਵਿਊ ਕੀਤੀ ਸੀਗੀ ਅਮਰੀਕਨ ਮੀਡੀਆ ਨਾਲ, ਉਹਨੂੰ ਉਹਨਾਂ ਨੇ ਪੁੱਛਿਆ ਸੀ ਕਿ ਕੀ ਆ, ਉਹ ਕਹਿੰਦਾ ਸੀ ਵੀ ਜੋ ਸਾਡਾ ਹੁਣ ਅਗਲੀ ਜਿਹੜੀ ਹੈਗੀ ਟਰਮ ਦੇ ਵਿੱਚ ਇਮੀਗ੍ਰੇਸ਼ਨ ਦੇ ਪ੍ਰਤੀ ਆ, ਵੀ ਇੱਕ ਤਾਂ ਅਸੀਂ ਜਿਹੜਾ ਸੈਲਮ ਵਾਲਾ ਸਿਸਟਮ ਹੈਗਾ ਇਹਨੂੰ ਕਾਫੀ ਜ਼ਿਆਦਾ ਤੰਗ ਕਰਨਾ ਚਾਹੁੰਦੇ, ਵੀ ਇਹਨੂੰ ਆਲਮੋਸਟ ਅਸੀਂ ਬੰਦ ਹੀ ਕਰੀਏ, ਵੀ ਬਹੁਤ ਜ਼ਿਆਦਾ ਕਰ ਦਈਏ ਰਿਸਟ੍ਰਿਕਟ। ਦੂਜਾ ਉਹਨੇ ਕਿਹਾ ਵੀ ਜਿਹੜੀਆਂ ਫੈਮਿਲੀ ਬੇਸਡ ਕੈਟੇਗਰੀਜ਼ ਨੇ ਇਹਨਾਂ ਦੇ ਵਿੱਚ ਵੀ ਹੋ ਸਕਦਾ ਵੀ ਜਿਹੜਾ ਸਾਡਾ ਐਗਜ਼ੈਕਟਿਵ ਆਰਡਰ ਆ ਜਾਂ ਜਿਹੜੀ ਇਹ ਹੈਗੀ ਆ ਇਹ ਮਤਲਬ ਜਾਰੀ ਰਹੇ, ਕਿ ਜਿਵੇਂ ਹੁਣ 2 ਦਸੰਬਰ ਤੱਕ ਹੈਗਾ ਉਹ 6 ਮਹੀਨੇ ਹੋਰ ਕਰਤਾ, ਉਸ ਤੋਂ ਬਾਅਦ ਫਿਰ 6 ਮਹੀਨੇ ਕਰਤਾ, ਇੱਦਾਂ ਅਸੀਂ ਜਾਰੀ ਰੱਖ ਸਕਦੇ ਹਾਂ ਡਿਪੈਂਡਿੰਗ ਔਨ ਕਿ ਸਿਚੁਏਸ਼ਨ ਆ। ਸੋ ਇਸ ਕਰਕੇ ਇਹ ਹੁਣ ਡਿਪੈਂਡ ਕਰੇਗਾ ਕਿ 2 ਦਸੰਬਰ ਤੋਂ ਬਾਅਦ ਇਹ ਬੈਨ ਖੁੱਲਦਾ ਕਿ ਨਹੀਂ ਖੁੱਲਦਾ। ਜੇ ਬੈਨ ਖੁੱਲੇਗਾ ਫਿਰ ਜਿਹੜੇ ਮਤਲਬ ਮਾਂ ਬਾਪ ਅਗਲੇ ਸਾਲ ਦੇ ਵਿੱਚ ਜਿਹਨੇ ਵੀ ਅਪਲਾਈ ਕੀਤੇ ਆ ਜਾਣਗੇ, ਜੇ ਬੈਨ ਹੀ ਨਹੀਂ ਖੁੱਲਿਆ ਤਾਂ ਫਿਰ ਮਾਂ ਬਾਪ ਨੂੰ ਵੀਜ਼ਾ ਕਿਹਨੇ ਦੇਣਾ? ਵਕੀਲ ਸਾਹਿਬ, ਇਹ ਸਾਲ ਬੜਾ ਨਾ ਕਨਫਿਊਜ਼ਿੰਗ ਜਾ ਰਿਹਾ, ਜਿਹੜੇ ਮਾਰਚ ਤੋਂ ਪਹਿਲਾਂ ਆਏ ਉਹ ਜਾ ਨਹੀਂ ਸਕੇ ਵਾਪਸ, ਉਹਨਾਂ ਦਾ ਵੀਜ਼ਾ ਐਕਸਪਾਇਰ ਹੋ ਗਿਆ, ਜਾਂ ਜਿਹੜੇ ਇੰਡੀਆ ਗਏ ਉਹਨਾਂ ਦਾ ਉੱਥੇ ਗ੍ਰੀਨ ਕਾਰਡ ਦੇ ਉੱਤੇ ਉਹਨਾਂ ਦਾ ਗ੍ਰੀਨ ਕਾਰਡ ਐਕਸ ਕੰਡੀਸ਼ਨ ਉਹਨਾਂ ਨੂੰ ਮਿਲਿਆ ਹੋਇਆ ਸੀ ਉਹ ਐਕਸਪਾਇਰ ਹੋ ਗਿਆ। ਸੋ ਹੁਣ ਜਿਹੜੇ ਇੱਥੇ ਰਹਿ ਗਏ ਜਿਨ੍ਹਾਂ ਨੇ ਐਕਸਟੈਂਸ਼ਨ ਲਈ ਅਪਲਾਈ ਨਹੀਂ ਕੀਤਾ ਔਰ ਉਹਨਾਂ ਨੇ ਉਹਨਾਂ ਨੂੰ ਹੁਣ ਰਹਿਣਾ ਪੈ ਰਿਹਾ ਬਿਕੋਜ਼ ਆਫ ਕੋਰੋਨਾ ਵਾਇਰਸ, ਉਹ ਨਹੀਂ ਜਾ ਸਕੇ ਇੰਡੀਆ, ਤਾਂ ਉਹਨਾਂ ਦਾ ਕੀ ਬਣੂ?
देखो हरकीरत जी इस तरह हैगा कि जे तां किसी ने अप्लाई करता सीगा वीजा एक्सटेंशन अपनी जिहड़ी मतलब जदों एंट्री वधाउण वास्ते जिहड़ा फॉर्म है I-539 जी ते उन्हां चों काफ़ी बंदिया दे पहलां तां फिंगरप्रिंटिंग आई क्योंकि फिंगरप्रिंट सेंटर जिहड़े सीगे बायोमैट्रिक बंद जो सीगे बंद सीगे जी ते हुण आउणे शुरू हो गया कईआं दे। सो कई तां बंदे वेट कर रहे ने वी साडी जिहड़ी एक्सटेंशन आवे तां फिर जाइए, पर कई इदां दे वी हैगे जिहड़े नूं कि जाणा जरूरी सीगा ते जदों फ्लाइटां खुल्लियां अप्लाई उन्होंने करता तो वो चले गए। सो वो मेरा ख्याल वापस आने प्रॉब्लम नहीं आएगी क्योंकि उन्होंने को लैटर है अप्लाई किए थे, मतलब कह सकते हैं प्रॉब्लम उन्होंने आनी है जिहड़े बंद ने जिवें तुसीं कह रहे हो भी अप्लाई ही नहीं किया कि इतने आ गए एंट्री खत्म हो गई तो उन्होंने वापसी की प्रॉब्लम आएगी क्योंकि उन्होंने तो ओवरस्टे हो गए तो ना उन्होंने कोशिश ही की कोई एक्सटेंशन लैण की। सो उन्होंने जे हम वापस जदों भी आवगे तो उन्होंने एंट्री जी वो प्रॉब्लम आ सकती है तो एंट्री उस हद ना मिले ते लेकिन ज्यादा इन्हें जो बंदे ने जिन्होंने कि अप्लाई किया है जहाँ जे एकदम चले गए जो ठीक है, ओवर स्टे भी हो गए तो महीना 2 महीने वापस चले गए ज्यादा उदा दे। ठीक है। वकील साहब बहुत बहुत धन्यवाद, तुसी कई सारे अपडेट्स दिते अज इमीग्रेशन पॉलिसीज़ नूं लैके। लिहाजा जस टीवी भी तुहानूं इही अपील करदा हुआ नज़र आ रहा है, अपने मत दा जरूर तुसी इस्तेमाल करो। वोटां जिहड़ियां हन ओह ईस्टर्न टाइमिंग्स दे हिसाब नाल 9 बजे तक होणगियां, तां तुसी अपने स्टेट दे विच टाइमिंग्स वेखो, तुहाडा जिहड़ा नियरेस्ट पोलिंग बूथ हैगा उत्थे जाके अपनी वोट दा भुगतान करो। और आने वाले 1 घंटे बाद मैं कहूँगा अपने नवे राष्ट्रपति की चोण करो। मेहरबानी, धन्यवाद, सत श्री ठीक है अकाल। जी।